ਮੇਰਾ ਜੀ ਅਮਰਜੀਤ ਸਿੰਘ ਸੰਧੂ ਗੁਰਦਿਆਲ ਸਿੰਘ ਪਿੰਡ ਰਜਾਦਾ। ਹਾਂਜੀ, ਕਿੱਥੇ ਕੰਮ ਕਰ ਰਹੇ ਹੋ? ਮੈਂ ਹਰਜੋਸ SP ਗੈਸ ਏਜੰਸੀ 'ਚ 8 ਸਾਲ ਤੋਂ ਕੰਮ ਕਰਨ ਡਿਆ ਸੀ। ਕੀ ਹੋਈ ਵਾਰਦਾਤ? ਵਾਰਦਾਤ ਆਹ ਹੋਈ ਹੈ ਕਿ ਏਜੰਸੀ ਦਾ ਕੈਸ਼ ਹਰ ਵਾਰ ਮੈਂ ਹੀ ਜਮ੍ਹਾਂ ਕਰਾਉਂਦਾ ਵਾਂ, ਅਤੇ ਅੱਜ ਮੈਂ ਜਦੋਂ ਕੈਸ਼ ਲੈ ਕੇ ਨਿਕਲਿਆ ਅਤੇ ਦਾਰੂਸਲਾਮ ਕੋਠੀ ਲਾ ਕੇ ਕਾਲਜ ਰੋਡ ਤੋਂ, 3 ਮੁੰਡਿਆਂ ਨੇ ਪਿੱਛੋਂ ਆ ਕੇ ਮੋਟਰਸਾਈਕਲ 'ਚ ਲੱਤ ਮਾਰ ਕੇ ਮੈਨੂੰ ਟੇਕਤਾ ਅਤੇ ਮੇਰੀ ਕਿੱਟ ਖੋਲੀ। ਕਿੱਦਾਂ ਦਾ ਕਿੱਦਾਂ ਦੀ ਹਾਲਤ ਹੋਈ? ਅਤੇ 2-3 ਬੰਦੇ ਸੀ ਅਤੇ ਇੱਕ ਨੇ ਮੇਰੇ ਦਾਤਰ ਮਾਰੇ 2-3, ਅਤੇ ਫਿਰ ਉਹ ਕਾਲਜ ਵਾਲੀ ਬਾਗ ਵਾਲੀ ਗਲੀ 'ਚ ਵੜ ਗਈ ਆ। ਹਾਂਜੀ, 2 ਨੇ ਮੂੰਹ ਬੰਨੇ ਸੀ ਅਤੇ 1 ਉਹ ਨੰਗੇ ਮੂੰਹ ਸੀ ਜਿਹਨੇ ਮੈਨੂੰ ਦਾਤਰ ਮਾਰਿਆ। ਪਛਾਣ ਕਰ ਸਕਦੇ ਹੋ ਬੰਦੇ? ਹਾਂ, ਜਿਹਨੇ ਦਾਤਰ ਮਾਰਿਆ ਉਹਦੀ ਪਛਾਣ ਹੈ, ਬਾਕੀ ਨੇ ਮੂੰਹ ਟੱਕੇ ਸੀ। ਕਿੰਨੇ ਪੈਸੇ ਲੱਗਦੇ? ਏਜੰਸੀ ਦਾ ਕੈਸ਼ ਸੀ 1,75,000, ਅਤੇ ਮੇਰਾ ਪਰਸਨਲ ਪਰਸ ਸੀ, ਉਸ 'ਚ ATM, ਪੈਨ ਕਾਰਡ ਔਰ ਜੋ ਮੋਟਰਸਾਈਕਲ 'ਤੇ ਸਾਰੇ ਕਾਗਜ਼ ਸਾਰੇ ਕਿੱਟ ਵੇਚੀ ਸੀ, ਕਿੱਟ ਹੀ ਲੈ ਗਏ। ਕੀ ਮੰਗ ਤੁਹਾਡੀ? ਮੰਗ ਸਰ ਕਿ ਏਜੰਸੀ ਦਾ ਕੈਸ਼ ਵਾ ਉਹ ਕਵਰ ਰਿਕਵਰ ਕੀਤਾ ਜਾਏ ਅਤੇ ਸਾਡਾ ਵੀ ਕੀਤਾ ਜਾਏ। ਹਾਂਜੀ, ਚਲੋ ਸੱਟ ਪਿੱਟ ਲੱਗ ਗਈ, ਚਲੋ ਤਾਂ ਕੋਈ ਗੱਲ ਨਹੀਂ, ਇਲਾਜ ਹੋ ਜਾਊਗਾ, ਕਰਾ ਲਾਂਗੇ ਆਪਾਂ, ਲੇਕਿਨ ਜੋ ਮਾਲਕ ਦਾ ਕੈਸ਼ ਜਮ੍ਹਾਂ ਹੋਇਆ ਉਹ ਮਿਲ ਜਾਏ ਤਾਂ ਕਿ ਉਹਨੂੰ ਵੀ ਤਸੱਲੀ ਹੋ ਜਾਏ ਕਿ ਬਈ ਮੇਰਾ ਕੈਸ਼ ਜੋ ਲੁੱਟਿਆ ਗਿਆ ਬਰਾਬਰ ਹੋ ਗਿਆ ਵਾ। ਬਾਕੀ ਮਾਲਕ ਸੁਬੇਦਾਰ ਬਲਵੰਤ ਸਿੰਘ ਜੀ ਆ ਗੁਰਦਾਸਪੁਰ ਦੇ, ਉਹ ਕੱਲ੍ਹ ਆਊਗੇ ਅਤੇ ਬਣਦੀ ਕਾਰਵਾਈ ਬੰਦੇ ਮੈਂ ਆ ਕੇ ਕਰਦਾ ਫਿਰ। ਪੁਲਿਸ ਮੌਕੇ 'ਤੇ ਪਹੁੰਚੀ? ਉਹ ਬਿਲਕੁਲ ਪਹੁੰਚੀ ਸੀ, 112 'ਤੇ ਮੈਂ ਡਾਇਲ ਕੀਤਾ ਸੀ ਅਤੇ ਉਹਨਾਂ ਦਾ ਰਿਸਪੌਂਸ ਚੰਗਾ ਰਿਹਾ ਅਤੇ ਉਸੇ ਟਾਈਮ ਪੁਲਿਸ ਆ ਗਈ ਸੀ। ਮਾਣਯੋਗ SSP ਬਟਾਲਾ ਮੈਡਮ ਅਸ਼ਵਨੀ ਗੋਟਿਆਲ ਜੀ ਦੀ ਨਿਸ਼ਾਨਦੇਸ਼ਾਂ 'ਤੇ ਲੁੱਟਾਂ ਚੋਰੀ ਖੋ ਲੁਚੋਰੀ ਕਰਨ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਇੱਕ ਮੁਹਿੰਮ ਨੂੰ ਉਸ ਵੇਲੇ ਇੱਕ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਮਿਤੀ 22/11/23 ਨੂੰ ਕਰੀਬ 3:20 'ਤੇ ਇੱਕ ਕਿਸੇ ਕੰਪਨੀ ਪੈਂਦੀ ਹੈ, ਗੈਸ ਏਜੰਸੀ ਹੈ ਜਿਸਦਾ ਨਾਂ ਹਰਜੋਸ਼ਨ, ਉਸਦੇ ਕਰਿੰਦੇ ਕੋਲੋਂ 3 ਮੋਟਰਸਾਈਕਲ ਦੇ ਜਿਹੜੇ ਸਵਾਰ 3 ਬੰਦੇ ਸੀ ਉਹਨਾਂ ਨੇ ਉਹਦੇ ਪਰਸ ਅਤੇ ਪੈਸੇ ਖੋਲੇ ਸੀ। ਉਸ ਵਾਰਦਾਤ ਨੂੰ ਉਸੇ ਵਕਤ SHO ਨੇ ਆਪਣਾ ਪਰਚਾ ਰਜਿਸਟਰ ਕਰਕੇ ਆਪਣੀ ਤਫਤੀਸ਼ਾਂ ਵਿੱਚ ਲਿਆਂਦੀ ਅਤੇ SHO ਦੀ ਬੜੀ ਜਿਹੀ ਟੀਮ ਅਤੇ CA ਦੀ ਟੀਮ ਨੇ ਰਲ ਕੇ ਇੱਕ ਇਸ ਮੁਹਿੰਮ ਇਸ ਵਾਰਦਾਤ ਨੂੰ ਟਰੇਸ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉੱਥੇ 3 ਨੌਜਵਾਨ ਜਿਹੜੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਤੋਂ ਜਿਹੜੀ ਅਬਾਊਟ 50,000 ਰੁਪਈਆ ਜਿਹੜੀ ਲੁੱਟ ਦੀ ਪੈਸੇ ਉਹ ਬਰਾਮਦ ਕੀਤੇ ਹੈ। ਉਸ ਵਾਰਦਾਤ ਦੇ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਅਤੇ ਦਾਤਰ ਬਰਾਮਦ ਕੀਤਾ। ਕਿੰਨੀ ਪੈਸੇ ਕਿੰਨੇ ਟੋਟਲ? ਇਹਦੇ ਵਿੱਚ ਜਿਹੜੇ ਉਹ 1,75,000 ਰੁਪਈਏ ਦੀ ਅਮਾਊਂਟ ਲਿਖਾਈ ਸੀ ਉਹਨਾਂ ਨੇ, ਅਤੇ ਜਿਹੜੇ 3 ਵਿਅਕਤੀ ਨੇ ਇਹਨੇ ਕੁਝ ਪੈਸੇ ਆਪਣੇ ਜਿਹੜੇ ਨਸ਼ੇ ਪੱਤੇ ਸਿਸਟਮ ਦੇ ਵਿੱਚ ਖਰਚ ਲਿੱਤੇ ਅਤੇ ਉਹ ਕਰੀਬ ਕਰੀਬ ਫਿਲਹਾਲ 50,000 ਬਰਾਮਦ ਹੋਏ ਨੇ। ਬਾਕੀ ਇਹ ਜਿਹੜੇ 3 ਅਕਿਊਜ਼ ਨੇ ਸਾਡੇ ਕੋਲ ਰਿਮਾਂਡ 'ਤੇ ਨੇ, ਹੋਰ ਬਰਾਮਦ ਵੀ ਕਰਾਂਗੇ। ਇਹ ਜਿਹੜਾ ਇਹਨਾਂ ਦੇ ਪਿੱਛੇ ਪਿਛੋਕੜ ਪਹਿਲਾਂ ਪਰਚੇ ਹੈਗੇ ਨੇ, 3 ਵਿੱਚੋਂ 2 ਦੇ ਪਹਿਲਾਂ ਪਰਚੇ ਹੈਗੇ ਨੇ। ਉਮਰ ਕਿੰਨੀ? ਇਹ ਸਾਰੇ ਹੀ ਅਬਾਊਟ 30 ਸਾਲ ਦੇ ਨੇ। ਇਹਨਾਂ ਉੱਤੇ 379B ਦਾ ਪਰਚਾ ਰਜਿਸਟਰ ਕੀਤਾ ਗਿਆ ਅਤੇ ਇਹ ਇੱਕ ਬੜੀ ਵੱਡੀ ਵਧੀਆ ਕਾਮਯਾਬੀ ਹੈ। ਜਦੋਂ ਚਲੋ ਕ੍ਰਾਈਮ ਹੋਏ ਨਾ ਅਤੇ ਇੱਕ ਲਹਿਦਾ ਮਤਲਬ ਕਿ ਇੱਕ ਨੈਚੁਰਲ ਫਰੋਮਿਨਾ ਆ, ਬਟ ਉਸਨੂੰ ਫਿਰ ਜਲਦੀ ਟਰੇਸ ਕਰ ਲੈਣਾ। ਇਹ ਸਾਡੀ ਪੁਲਿਸ ਦੀ CA ਦੀ ਟੀਮ ਨੇ ਨਾਲ ਸਹਿਯੋਗ ਦੇ ਕੇ, SHO ਸਾਹਿਬ ਦੀ ਪੂਰੀ ਟੀਮ ਨੇ ਦਿਨਾਂ ਦੀ ਮਿਹਨਤ ਕਰਕੇ ਕੁਝ ਦਿਨਾਂ ਵਿੱਚ ਹੀ ਵਾਰਦਾਤ ਟਰੇਸ ਕੀਤੀ ਹੈ। ਇਹਦਾ ਪ੍ਰਮਾਣ ਵੀ ਲਿਆ ਕੇ ਹੋ ਰਿਹਾ ਆਸਾ ਹੈ? ਹਾਂਜੀ ਹਾਂਜੀ, ਅਸੀਂ ਇਹ ਜਿਹੜੇ 3 ਜਿਹੜੇ ਦੋਸ਼ੀ ਨੇ ਸਾਡੇ ਕੋਲ ਪੁਲਿਸ ਮਾਣਦੇ ਨੇ, ਜਿਹੜੀ ਰਿਕਵਰੀਜ਼ ਹੋਈਆਂ ਨੇ ਇਸ ਤੋਂ ਹੋਰ ਫਰਦਰ ਰਿਕਵਰੀਆਂ ਕਰਾਂਗੇ।